ਅਸਲਾਮੁਅਲੈਕਮ, ਮੈਂ ਤੁਹਾਡਾ ਆਪਣਾ ਵਿਰਾਸ ਤੋਂ ਜੋਈ ਆ ਅਤੇ ਅੱਜ ਮੈਂ ਆਪਣਾ ਆਪਣੀ ਫੀਲਡ 'ਤੇ ਆਪਣੀ ਗੰਦਮ ਦੀ ਕਟਾਈ ਦਾ ਆਗਾਜ਼ ਕਰ ਦਿੱਤਾ ਅਤੇ ਮੈਂ ਆਪਣੇ ਨਾਜ਼ਰੀਨ ਨੂੰ ਦੱਸੀਏ ਕਿ ਅਸੀਂ ਕਿਹੜੀ ਕਿਹੜੀ ਗੰਦਮ ਬੀਜੀ ਸੀ ਅਤੇ ਕਟਾਈ ਦਾ ਜਿਹੜਾ ਅਸੀਂ ਆਗਾਜ਼ ਕੀਤਾ ਅਤੇ ਕਾਫੀ ਦਿਨ ਹੋ ਗਏ ਮੇਰੀ ਵੀਡੀਓ ਨਹੀਂ ਆਈ, ਤੁਸੀਂ ਦੇਖ ਰਹੇ ਜਾ ਅੱਜ ਮੇਰੀ ਵੀਡੀਓ ਦਾ ਆਗਾਜ਼ ਕੀਤਾ ਕਾਫੀ ਦਿਨਾਂ ਤੋਂ, ਪਹਿਲੇ ਆਪਾਂ ਸ਼ਾਟ ਵਗੈਰਾ ਆ ਰਹੇ ਨੇ ਤਾਂ ਪਿੱਛੇ ਆਪਣੀ ਕਟਾਈ ਹੋ ਰਹੀ ਹੈ ਮੈਂ ਆਪਣੀ ਫੀਲਡ ਦੇ ਵਿੱਚ ਖੜ੍ਹਾਂ ਅਤੇ ਕਟਾਈ ਦੇ ਵਿੱਚ ਦੇਖ ਰਿਹਾ ਜਾ ਰੈਫਰ ਚੱਲ ਰਹੀ ਹੈ ਮਾਸ਼ਾਅੱਲਾ ਅਤੇ ਉਸ ਤੋਂ ਆਪਣੇ ਖਾਸ ਕਰ ਦੱਸਾਂ ਵੀ ਅਸੀਂ ਕਿਸ ਚੀਜ਼ ਦੀ ਕਟਾਈ ਕਰ ਰਹੇ ਹਾਂ, ਆਪਣੇ ਸਲਾਹ ਦੇਣੀ ਹੈ ਬਜਾਈ ਕੀਤੀ ਹੈ ਅਤੇ ਇਨਸ਼ਾਅੱਲਾ ਆਪਣੇ ਨਾਜ਼ਰੀਨ ਨੂੰ ਅੱਗੇ ਵੀ ਅਪਡੇਟ ਦਿੰਦੇ ਰਹਾਂਗੇ ਕਿਉਂਕਿ ਕਾਫੀ ਦਿਨ ਦੀ ਵੀਡੀਓ ਨਹੀਂ ਬਣਾ ਸਕੇ ਕਿਸੇ ਨੂੰ ਹੋਰ ਯਾਦ ਕਰਾਂ ਅਤੇ ਅੱਜ ਦੀ ਵੀਡੀਓ ਦਾ ਆਗਾਜ਼ ਕੀਤਾ ਹੈ, ਇਸ ਬਾਅਦ ਇਨਸ਼ਾਅੱਲਾ ਮੇਨ ਹੈ ਸਾਡੀ ਵੀਡੀਓ ਆਉਂਦੀ ਰਹੇਗੀ, ਆਪਣੇ ਨਾਜ਼ਰੀਨ ਤੱਕ ਅਸੀਂ ਇਹ ਮੌਕਾ ਪਹੁੰਚਾਉਂਦੇ ਰਹਾਂਗੇ ਅਤੇ ਉਸ ਬਾਅਦ ਆਉਣ ਵਾਲਾ ਜਿਹੜਾ ਵਕਤ ਆ ਰਿਹਾ ਆਪਣਾ ਕਪਾਸ ਦਾ, ਕਪਾਸ ਦੀ ਵੀਡੀਓ ਦੱਸਦੇ ਇਨਸ਼ਾਅੱਲਾ ਜਿਹੜੇ ਵੀ ਕਾਫੀ ਸਾਰੇ ਮਸਲੇ ਆਉਂਦੇ ਨੇ ਕਿਉਂਕਿ ਕਪਾਸ ਦੇ ਬੀਜ ਕਾਫੀ ਐਸੇ ਬੀਜ ਨੇ ਜਿਹੜੇ ਘੱਟ ਪਾਣੀ ਹੁੰਦੇ ਨੇ ਅਤੇ ਜ਼ਿਆਦਾ ਪਾਣੀ ਹੁੰਦੇ ਨੇ ਉਹ ਹਿਸਾਬ ਨਾਲ ਜਨਾਬ ਅਸੀਂ ਕਟਾਈ ਕਰ ਰਹੇ ਹਾਂ ਸਾਨੂੰ ਆਪਣੇ ਸੀਡ ਅਤੇ ਆਪਣਾ ਸੀਡ ਹੈਗਾ ਜੀ ਇਹ ਵਤਨ, ਇਹ ਵਤਨ ਸੀਡ 'ਤੇ ਅਸੀਂ ਕਟਾਈ ਕਰ ਰਹੇ ਹਾਂ, ਸਮਾਂ ਦੇਖ ਰਿਹਾ ਜੇ ਕਾਫੀ ਅੱਛੇ ਕਣਕ ਸਾਡੀ ਖੜ੍ਹੀ ਹੈ ਪਹਿਲਾਂ ਤਾਂ ਕੁਛ ਨਹੀਂ ਕਹਿ ਸਕਦੇ ਕਿ ਅਸੀਂ ਕੀ ਪੈੜੀ ਅਵਸਥਾ ਨਹੀਂ ਹੈ, ਅੱਲਾਹ ਦੇ ਪਾਸ ਹੁੰਦੀ ਜੋ ਦੱਸ ਹੁੰਦੀ ਪਹਿਲੇ ਕੁਝ ਆਖਣਾ ਨਹੀਂ ਚਾਹੀਦਾ ਅਤੇ ਅਸੀਂ ਕਿਸੇ ਪਾਸੇ ਬਣਾ ਰਹੇ ਹਾਂ ਕਿ ਮੈਂ ਨਾਜ਼ਰੀਨ ਨਾਲ ਦੇ ਨਾਲ ਅਪਡੇਟ ਦਿੰਦੇ ਰਹੀਏ ਵਲਾਗ ਨੂੰ ਅਸੀਂ ਥੋੜ੍ਹਾ ਕੰਟਰੋਲ ਕਰਨੇ ਹਾਂ ਅਤੇ ਕਲੋਜ਼ ਕਰਨਾ ਵਲਾਗ ਨੂੰ ਆਪਣੇ ਨੂੰ ਅਤੇ ਉਸ ਤੋਂ ਬਾਅਦ ਫਿਰ ਜਦੋਂ ਅਗਲੀ ਆਪਣੀ ਸੀਟ ਦੀ ਕਟਾਈ ਹੋਵੇਗੀ ਉਹ ਆਪਣੇ ਨਾਲ ਤੱਕ ਪਹੁੰਚਾਵਾਂਗੇ।